ਬਿਲਕੁਲ ਇਹ ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਪੰਜਾਬ ਦਾ ਮੁੱਖ ਮੰਤਰੀ ਲੀਡਰ ਆਫ ਦਾ ਹਾਊਸ ਲੀਡਰ ਇੱਥੇ ਨਾ ਆਵੇ ਇਹ ਜ਼ਰੂਰ ਕਹਿ ਦਿੰਦੇ ਆ ਪਰ ਐ ਕਿਉਂ ਕਹਿੰਦੇ ਇਹ ਜ਼ਰੂਰ ਕਹਿ ਦਿੰਦੇ ਆ ਵੀ ਸਾਡਾ ਕੰਮ ਸੀ ਬੋਲਣਾ ਸੀ ਬੋਲਤਾ ਜਦੋਂ ਮੰਤਰੀ ਸਾਹਿਬ ਉੱਠ ਕੇ ਕਹਿੰਦੇ ਵੀ ਜਵਾਬ ਲੈ ਜਾਓ ਉਹ ਕਹਿੰਦੇ ਜਵਾਬ ਤਾਂ ਅਸੀਂ ਮੀਡੀਆ ਨੂੰ ਦੇ ਦਾਂਗੇ ਇਹ ਬਜਟ ਤੋਂ ਭੱਜ ਰਹੇ ਆ ਕਿਉਂਕਿ ਮੁੱਦੇ ਹੈ ਨਹੀਂ ਇਹਨਾਂ ਕੋਲੇ ਜ਼ਰੂਰ ਖੜਾ ਕੀਤਾ ਜਾ ਰਿਹਾ ਕਿ 1000 ਰੁਪਏ ਮਹਿਲਾਵਾਂ ਨੂੰ ਜਿਹੜਾ ਵਾਅਦਾ ਕੀਤਾ ਸੀਗਾ ਗਾਰੰਟੀ ਦਿੱਤੀ ਸੀਗੀ ਉਹ ਗਾਰੰਟੀ ਕਦੋਂ ਪੂਰੀ ਹੋਈ ਵਿਰੋਧੀਆਂ ਨੂੰ ਤੁਸੀਂ ਇੱਕ ਗੱਲ ਪੁੱਛੋ ਵੀ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਭੇਜਿਆ ਤੁਸੀਂ ਆਪਦੀ ਅੰਦਰ ਆਵਾਜ਼ ਕਦੋਂ ਖੋਲੋਗੇ ਪਹਿਲਾਂ ਇਹਨਾਂ ਨੇ ਬਹਾਨਾ ਬਣਾਇਆ ਸਾਰਿਆਂ ਨੇ ਵੀ ਜੇ ਲੀਡਰ ਆਫ ਹਾਊਸ ਆਏਗਾ ਤਾਂ ਅਸੀਂ ਨਹੀਂ ਬੈਠਾਂਗੇ ਕੱਲ ਸਭ ਨੂੰ ਪਤਾ ਸੀ ਕਿ ਲੀਡਰ ਆਫ ਹਾਊਸ ਰਾਸ਼ਟਰਪਤੀ ਜੀ ਚ ਬਿਜ਼ੀ ਆ ਇਹ ਫੇਰ ਵੀ ਨਹੀਂ ਬੈਠੇ ਪਹਿਲਾਂ ਇਹਨਾਂ ਨੂੰ ਪੁੱਛੋ ਇੰਨਾ ਕ ਵੀ ਅੰਦਰ ਦੇ ਬੈਂਚਾਂ ਤੇ ਕਿਹੜੇ ਕਿੱਲ ਖੁੱਪਦੇ ਆ ਜਿਹੜੇ ਤੁਸੀਂ ਜਾਂਦੇ ਨਹੀਂ ਕਿਤੇ ਤੁਸੀਂ ਬੈਠੋ 2 ਮਿੰਟ ਬਾਜਵਾ ਸਾਹਿਬ ਕਹਿੰਦੇ ਵੀ ਜੇ ਅੱਜ ਵੀ ਮੁੱਖ ਮੰਤਰੀ ਨਾ ਆਉਣ ਤਾਂ ਵਧੀਆ ਕੰਮ ਚੱਲੂਗਾ ਨਹੀਂ ਬਾਜਵਾ ਸਾਹਿਬ ਨੂੰ ਪੁੱਛੋ ਵੀ ਕੱਲ ਤਾਂ ਮੁੱਖ ਮੰਤਰੀ ਆਇਆ ਨਹੀਂ ਸੀ ਤੇ ਫਿਰ ਤੁਸੀਂ ਕਿੱਥੇ ਸੀ ਕੱਲ ਉਹਨਾਂ ਨੇ ਕਿਹਾ ਵੀ ਨਾ ਕਿ ਅੱਜ ਕਿੰਨਾ ਸ਼ਾਂਤੀ ਤੇ ਬਜਟ ਚੱਲ ਰਿਹਾ ਹੈ ਤੇ ਬਸ ਉਹ ਕਹਿ ਨਹੀਂ ਆਏ ਸੀ ਕਹਿ ਕੇ ਭੱਜ ਗਏ ਉਹ ਤੋਂ ਬਾਅਦ ਬੈਠੇ ਕਦੋਂ ਕੀ ਦਵਾਈਆਂ ਵਾਲਾ ਬਜਟ ਉਹਨਾਂ ਦਾ ਨਹੀਂ ਸੀ ਤੇ ਇੱਕ ਅਪੀਲ ਹੀ ਕਰ ਦੋ ਪਿਆਰ ਦੇ ਨਾਲ ਉਹਨਾਂ ਨੂੰ ਮੈਂ ਇੱਕ ਗੱਲ ਜ਼ਰੂਰ ਪਿਆਰ ਨਾਲ ਅਪੀਲ ਕਰਦੀ ਹਾਂ ਬਜਟ ਤੁਹਾਡਾ ਵੀ ਹੈ ਬਜਟ ਪੰਜਾਬ ਦਾ ਮੁੱਖ ਮੰਤਰੀ ਤੁਹਾਡਾ ਵੀ ਆ ਸਾਰੇ ਜਣੇ ਰਲ ਕੇ ਕੰਮ ਚਲਾਓ ਪੰਜਾਬ ਦੇ ਲੋਕਾਂ ਲਈ ਹੋਵੇ ਅਪੀਲ ਬਾਜਵਾ ਸਾਹਿਬ ਨੇ ਕੀਤੀ ਹੈ ਸੀਐਮ ਸਾਹਿਬ ਨੂੰ ਕਹਿੰਦੇ ਤੁਸੀਂ ਨਾ ਆਓ ਇੱਧਰ ਦੇਖੋ ਬਿਲਕੁਲ ਇਹ ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਪੰਜਾਬ ਦਾ ਮੁੱਖ ਮੰਤਰੀ ਲੀਡਰ ਆਫ ਦਾ ਹਾਊਸ ਲੀਡਰ ਇੱਥੇ ਨਾ ਆਵੇ ਇਹ ਜ਼ਰੂਰ ਕਹਿ ਦਿੰਦੇ ਆ ਪਰ ਐ ਕਿਉਂ ਕਹਿੰਦੇ ਇਹ ਜ਼ਰੂਰ ਕਹਿ ਦਿੰਦੇ ਆ ਵੀ ਸਾਡਾ ਕੰਮ ਸੀ ਬੋਲਣਾ ਸੀ ਬੋਲਤਾ ਜਦੋਂ ਮੰਤਰੀ ਸਾਹਿਬ ਉੱਠ ਕੇ ਕਹਿੰਦੇ ਵੀ ਜਵਾਬ ਲੈ ਜਾਓ ਉਹ ਕਹਿੰਦੇ ਜਵਾਬ ਤਾਂ ਅਸੀਂ ਮੀਡੀਆ ਨੂੰ ਦੇ ਦਾਂਗੇ ਗੱਲ ਇਹ ਹੈ ਜੇ ਤਾਂ ਮੀਡੀਆ 'ਚ ਹੀ ਆਉਣਾ ਫਿਰ ਤਾਂ ਬਜਟ ਪਹਿਲਾਂ ਮੌਕ ਟੈਸਟ ਲਾ ਕੇ ਉੱਥੇ ਕਿਸੇ ਰਿਜ਼ੋਰਟ ਦੇ ਸਾਹਮਣੇ ਉਹ ਕਰ ਲਿਆ ਸੀ ਇਹਨਾਂ ਨੇ ਕੰਮ ਇਹ ਬਜਟ ਤੋਂ ਭੱਜ ਰਹੇ ਆ ਕਿਉਂਕਿ ਮੁੱਦੇ ਹੈ ਨਹੀਂ ਇਹਨਾਂ ਕੋਲੇ ਇਸ ਕਰਕੇ ਅੱਜ ਲੋਕਾਂ ਦਾ ਬਜਟ ਆ ਤੇ ਲੋਕਾਂ ਦੇ ਵਿੱਚ ਆਏਗਾ ਲੋਕ ਖੁਸ਼ ਹੋਣਗੇ ਜ਼ਰੂਰ ਖੜਾ ਕੀਤਾ ਜਾ ਰਿਹਾ ਕਿ 1000 ਰੁਪਏ ਮਹਿਲਾਵਾਂ ਨੂੰ ਜਿਹੜਾ ਵਾਅਦਾ ਕੀਤਾ ਸੀਗਾ ਗਾਰੰਟੀ ਦਿੱਤੀ ਸੀਗੀ ਉਹ ਗਾਰੰਟੀ ਕਦੋਂ ਪੂਰੀ ਹੋਈ ਵਿਰੋਧੀਆਂ ਨੂੰ ਤੁਸੀਂ ਇੱਕ ਗੱਲ ਪੁੱਛੋ ਵੀ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਭੇਜਿਆ ਤੁਸੀਂ ਆਪਦੀ ਅੰਦਰ ਆਵਾਜ਼ ਕਦੋਂ ਖੋਲੋਗੇ ਪਹਿਲਾਂ ਇਹਨਾਂ ਨੇ ਬਹਾਨਾ ਬਣਾਇਆ ਸਾਰਿਆਂ ਨੇ ਵੀ ਜੇ ਲੀਡਰ ਆਫ ਹਾਊਸ ਆਏਗਾ ਤਾਂ ਅਸੀਂ ਨਹੀਂ ਬੈਠਾਂਗੇ ਕੱਲ ਸਭ ਨੂੰ ਪਤਾ ਸੀ ਕਿ ਲੀਡਰ ਆਫ ਹਾਊਸ ਰਾਸ਼ਟਰਪਤੀ ਜੀ ਚ ਬਿਜ਼ੀ ਆ ਇਹ ਫੇਰ ਵੀ ਨਹੀਂ ਬੈਠੇ ਪਹਿਲਾਂ ਇਹਨਾਂ ਨੂੰ ਪੁੱਛੋ ਇੰਨਾ ਕ ਵੀ ਅੰਦਰ ਦੇ ਬੈਂਚਾਂ ਤੇ ਕਿਹੜੇ ਕਿੱਲ ਖੁੱਪਦੇ ਆ ਜਿਹੜੇ ਤੁਸੀਂ ਜਾਂਦੇ ਨਹੀਂ ਕਿਤੇ ਤੁਸੀਂ ਬੈਠੋ 2 ਮਿੰਟ ਬਾਜਵਾ ਸਾਹਿਬ ਕਹਿੰਦੇ ਵੀ ਜੇ ਅੱਜ ਵੀ ਮੁੱਖ ਮੰਤਰੀ ਨਾ ਆਉਣ ਤਾਂ ਵਧੀਆ ਕੰਮ ਚੱਲੂਗਾ ਨਹੀਂ ਬਾਜਵਾ ਸਾਹਿਬ ਨੂੰ ਪੁੱਛੋ ਵੀ ਕੱਲ ਤਾਂ ਮੁੱਖ ਮੰਤਰੀ ਆਇਆ ਨਹੀਂ ਸੀ ਤੇ ਫਿਰ ਤੁਸੀਂ ਕਿੱਥੇ ਸੀ ਕੱਲ ਉਹਨਾਂ ਨੇ ਕਿਹਾ ਵੀ ਨਾ ਕਿ ਅੱਜ ਕਿੰਨਾ ਸ਼ਾਂਤੀ ਤੇ ਬਜਟ ਚੱਲ ਰਿਹਾ ਹੈ ਤੇ ਬਸ ਉਹ ਕਹਿ ਨਹੀਂ ਆਏ ਸੀ ਕਹਿ ਕੇ ਭੱਜ ਗਏ ਉਹ ਤੋਂ ਬਾਅਦ ਬੈਠੇ ਕਦੋਂ ਕੀ ਦਵਾਈਆਂ ਵਾਲਾ ਬਜਟ ਉਹਨਾਂ ਦਾ ਨਹੀਂ ਸੀ ਤੇ ਇੱਕ ਅਪੀਲ ਹੀ ਕਰ ਦੋ ਪਿਆਰ ਦੇ ਨਾਲ ਮੈਂ ਇੱਕ ਗੱਲ ਜ਼ਰੂਰ ਪਿਆਰ ਨਾਲ ਅਪੀਲ ਕਰਦੀ ਹਾਂ ਬਜਟ ਤੁਹਾਡਾ ਵੀ ਹੈ ਬਜਟ ਪੰਜਾਬ ਦਾ ਮੁੱਖ ਮੰਤਰੀ ਤੁਹਾਡਾ ਵੀ ਆ ਸਾਰੇ ਜਣੇ ਰਲ ਕੇ ਕੰਮ ਚਲਾਓ ਪੰਜਾਬ ਦੇ ਲੋਕਾਂ ਲਈ ਹੋਵੇ ਅਪੀਲ ਬਾਜਵਾ ਸਾਹਿਬ ਨੇ ਕੀਤੀ ਹੈ ਸੀਐਮ ਸਾਹਿਬ ਨੂੰ ਕਹਿੰਦੇ ਤੁਸੀਂ ਨਾ ਆਓ ਇੱਧਰ ਦੇਖੋ ਬਿਲਕੁਲ ਇਹ ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਪੰਜਾਬ ਦਾ ਮੁੱਖ ਮੰਤਰੀ ਲੀਡਰ ਆਫ ਦਾ ਹਾਊਸ ਲੀਡਰ ਇੱਥੇ ਨਾ ਆਵੇ ਇਹ ਜ਼ਰੂਰ ਕਹਿ ਦਿੰਦੇ ਆ ਪਰ ਐ ਕਿਉਂ ਕਹਿੰਦੇ ਇਹ ਜ਼ਰੂਰ ਕਹਿ ਦਿੰਦੇ ਆ ਵੀ ਸਾਡਾ ਕੰਮ ਸੀ ਬੋਲਣਾ ਸੀ ਬੋਲਤਾ ਜਦੋਂ ਮੰਤਰੀ ਸਾਹਿਬ ਉੱਠ ਕੇ ਕਹਿੰਦੇ ਵੀ ਜਵਾਬ ਲੈ ਜਾਓ ਉਹ ਕਹਿੰਦੇ ਜਵਾਬ ਤਾਂ ਅਸੀਂ ਮੀਡੀਆ ਨੂੰ ਦੇ ਦਾਂਗੇ ਗੱਲ ਇਹ ਹੈ ਜੇ ਤਾਂ ਮੀਡੀਆ 'ਚ ਹੀ ਆਉਣਾ ਫਿਰ ਤਾਂ ਬਜਟ ਪਹਿਲਾਂ ਮੌਕ ਟੈਸਟ ਲਾ ਕੇ ਉੱਥੇ ਕਿਸੇ ਰਿਜ਼ੋਰਟ ਦੇ ਸਾਹਮਣੇ ਉਹ ਕਰ ਲਿਆ ਸੀ ਇਹਨਾਂ ਨੇ ਕੰਮ ਇਹ ਬਜਟ ਤੋਂ ਭੱਜ ਰਹੇ ਆ ਕਿਉਂਕਿ ਮੁੱਦੇ ਹੈ ਨਹੀਂ ਇਹਨਾਂ ਕੋਲੇ ਇਸ ਕਰਕੇ ਅੱਜ ਲੋਕਾਂ ਦਾ ਬਜਟ ਆ ਤੇ ਲੋਕਾਂ ਦੇ ਵਿੱਚ ਆਏਗਾ ਲੋਕ ਖੁਸ਼ ਹੋਣਗੇ।